ਬਾਬਾ ਫਰੀਦ ਜੀ ਕੋਲ ਕੁਝ ਸੱਜਣਾ ਨੇ ਅਰਜ਼ ਕੀਤੀ, ਬੰਦਾ ਗੁਨਾਹ ਕਰਦਾ ਹੈ, ਜੋ ਮਾੜੇ ਕਰਮ ਕਰ ਗਏ ਉਹਦੀ ਕੀ ਸਜ਼ਾ ਹੈ? ਬਾਬਾ ਫਰੀਦ ਜੀ ਕਹਿਣ ਲੱਗੇ, ਤੁਸੀਂ ਕਦੀ ਕਪਾਹ, ਤਿੱਲਾ, ਕਮਾਦ ਜਾਂ ਕੌਲਿਆਂ ਨੂੰ ਦੇਖਿਆ? ਕਹਿਣ ਲੱਗੇ, ਜੀ ਇਹ ਤੇ ਆਮ ਘਰਾਂ 'ਚ ਰੋਜ਼ ਵਰਤੋਂ ਦੀਆਂ ਚੀਜ਼ਾਂ ਸਭ ਦੇਖਦੇ ਨੇ। ਬਾਬਾ ਜੀ ਕਹਿੰਦੇ, ਬਸ ਫਿਰ, ਜਿਵੇਂ ਕਪਾਹ ਨੂੰ ਪਿੰਛੇ ਤੇ ਪਿੰਛੀਆਂ ਜਾਂਦਾ ਹੈ, ਜਿਵੇਂ ਚਰਖੇ ਦੇ ਨਾਲ ਘੁਮਾ ਘੁਮਾ ਕੇ ਉਹਦਾ ਧਾਗਾ ਬਣਦਾ, ਖੱਡੀ ਤੇ ਕੱਪੜਾ ਤਿਆਰ ਹੁੰਦਾ ਹੈ, ਕੱਪੜਾ ਬਣਾ ਕੇ ਵੀ ਦਰਜੀ ਉਸਨੂੰ ਕੈਂਚੀ ਨਾਲ ਵੱਢਦਾ ਹੈ, ਥਾਂ ਥਾਂ 'ਤੇ ਸੂਈਆਂ ਮਾਰ ਕੇ ਸਿਉਂਦਾ ਹੈ, ਸੀ ਕੇ ਵੀ ਉਸਨੂੰ ਜਦੋਂ ਵਰਤਿਆ ਜਾਂਦਾ ਫਿਰ ਮੈਲਾ ਹੋ ਜਾਂਦਾ ਤਾਂ ਸਾਬਣ ਲਾ ਲਾ ਕੇ ਧੋਂਦੇ ਨੇ, ਡੰਡੇ ਜਾਂ ਥਾਪੀ ਦੇ ਨਾਲ ਕੁੱਟਦੇ ਨੇ, ਫਿਰ ਮੈਲਾ ਹੁੰਦਾ ਫਿਰ ਕੁੱਟਦੇ ਨੇ। ਕੱਪੜੇ ਦੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘਦੀ ਹੈ, ਜਿਵੇਂ ਤਿੱਲਾ ਨੂੰ ਕੋਲੂ 'ਚ ਪੀੜ ਕੇ ਤੇਲ ਕੱਢਿਆ ਜਾਂਦਾ, ਜਿਵੇਂ ਕਮਾਦ ਨੂੰ ਪੀੜ ਕੇ ਉਹਦੇ 'ਚੋਂ ਰਸ ਕੱਢਿਆ ਜਾਂਦਾ, ਜਿਵੇਂ ਕੁੱਟ ਕੁੱਟ ਕੇ ਕਾਗਜ਼ ਤਿਆਰ ਹੁੰਦਾ, ਜਿਵੇਂ ਚੁੱਲ੍ਹੇ ਦੇ ਵਿੱਚ ਪਏ ਹੋਏ ਅੱਗ ਦੇ ਕੋਲੇ ਸੜਦੇ ਨੇ ਅਤੇ ਅੱਗ ਦੇ ਉੱਪਰ ਪਿਆ ਭਾਂਡਾ ਮੱਚਦਾ। ਬਿਲਕੁਲ ਇਸੇ ਤਰ੍ਹਾਂ ਦੀਆਂ ਸਜ਼ਾਵਾਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਨੂੰ ਕਦੇ ਖੁਦਾ ਯਾਦ ਨਹੀਂ ਆਇਆ, ਜਿਨ੍ਹਾਂ ਦੇ ਅਮਲ ਮਾੜੇ ਨੇ, ਜਿਨ੍ਹਾਂ ਨੇ ਸਾਰੀ ਉਮਰ ਝੂਠ, ਬੇਈਮਾਨੀਆਂ, ਲੁੱਟਾ ਖੋਹਾ, ਦੁਰਾਚਾਰ, ਚੋਰੀਆਂ, ਡਾਕੇ ਮਾਰਦੇ, ਗਰੀਬਾਂ ਦੇ ਹੱਕ ਖੋਹਦੇ ਨੇ ਅਤੇ ਜ਼ੁਲਮ ਕਰਦਿਆਂ ਬਤੀਤ ਕਰ ਦਿੱਤੀ। ਬਾਬਾ ਫਰੀਦ ਜੀ ਦੀ ਬਚਨ, ਫਰੀਦਾ ਵੇ ਕਪਾਹੇ ਜੈ ਥੀਆ ਜੈ ਸਿਰ ਥੀਆ ਤਿੱਲਾਹਾ, ਕੰਮਾਂ ਦੇ ਆਰ ਕਾਗ ਦੇ ਕੰਨੇ ਕੋਇਲਾਰ, ਮੰਦੇ ਅਮਲ ਕਰੀ ਦਿਆ ਇਹ ਸਾਜ ਤਨਹਾ। ਮੇਜਰ ਸਿੰਘ।